मेरे परिवार दे विच मैं गाउंदा सी, बाकी मेरे भरा भी गाउंदे सीगे, बट उन्हां दा भी मेरे ते ही जोर लग्या होया सीगा कि तू तैनू असीं कुछ ना कुछ बनाउणा। अज सजना वे मिलिया नू हो गया जमाना, बहुत अच्छा गीत है। थोड़ी देर जदों लोग ना अपने अंदरी अंदरी दरवाजे ला के बैठ गए, कुंडियां बंद करके बैठ गए, तो उन्होंने वो गीत चुक लिया, तो इस वेले उस गीत की 7-8 लाख रील बनी हुई। मैं कदे भी यह नहीं किया है कि भी यार ला दे ऐड ये, तो यह मेरा कल नू 20 मिलियन होना चाहिए। पानी दियां छल्लां होवण तू होवे मैं होवां, प्यार दियां गल्लां होवण तू होवे मैं होवां, कुछ गल्लां तू कर कुछ गल्लां मैं करां, मुके ना साडी गलबात। पानी दियां छल्लां होवण तू होवे मैं होवां, प्यार दियां गल्लां होवण तू होवे मैं हूँ। स्वागत पंजाबी सत विच, तुहाडा सारिआं दा स्वागत है। असीं हाजिर हो गए, मैं हाँ चरणजीत जोगी ते मैं हाँ रमनीक कौर। रमनीक कौर, गल इदां कि पिंड जिहड़ा इक ना बहुत ही खूबसूरत है, वैसे तो पंजाब दा हर एक पिंड खूबसूरत है, पर संगरूर जिले दा एक पिंड है तलेर जी, उत्थों एक सुर उठदा है जी, और उस सुर ऐसा कि जिवें शहद दे विच गुलाब गुन्निया होवे ना, क्या बात। और जदों उस सुर पूरे पंजाब दे विच निकलदा, पूरा पंजाब ही नहीं बल्कि जिथे जिथे भी कोई पंजाबी वसिया ਉਹਨੂੰ ਆਪਣੀਆਂ ਮਹਿਕਾਂ ਦਿੰਦਾ ਹੈ, ਔਰ ਇੰਨੀਆਂ ਮਹਿਕਾਂ ਦਿੰਦਾ ਹੈ ਕਿ ਸੱਚਮੁੱਚ ਹਰ ਕੁੜੀ ਮੁੰਡਾ ਬਜ਼ੁਰਗ ਉਸ ਸੁਰ ਨੂੰ ਇਕੱਲਿਆਂ ਬੈਠ ਕੇ ਸੁਣਨਾ ਚਾਹੁੰਦਾ ਹੈ, ਮੰਨਣਾ ਚਾਹੁੰਦਾ ਹੈ। ਇੱਦਾਂ ਨਹੀਂ ਹੁੰਦਾ ਕਿ ਜਦੋਂ ਕੋਈ ਸੋਹਣੀ ਜਿਹੀ ਕਿਤਾਬ ਮਿਲ ਗਈ ਹੋਵੇ, ਬੰਦਾ ਉਹਨੂੰ ਪੜ੍ਹਦਾ, ਫਿਰ ਉਹਨੂੰ ਪੜ੍ਹਦਿਆਂ ਪੜ੍ਹਦਿਆਂ ਨੀਂਦ ਆ ਜਾਂਦੀ ਹੈ, ਔਰ ਫਿਰ ਸੀਨੇ 'ਤੇ ਰੱਖ ਕੇ ਸੌਂ ਜਾਂਦਾ ਹੈ। ਇਸ ਤਰ੍ਹਾਂ ਦੀ ਉਸ ਸੁਰ ਦੀ ਜਿਹੜੀ ਆ ਕਾਬਲੀਅਤ ਆ ਕਿ ਉਹ ਸਾਨੂੰ ਬਹੁਤ ਹੀ ਪਿਆਰ ਦੇ ਨਾਲ, ਮੁਹੱਬਤ ਦੇ ਨਾਲ, ਔਰ ਇੰਨੇ ਪਿਆਰੇ ਪਿਆਰੇ ਗੀਤ ਦਿੱਤੇ ਨੇ ਕਿ ਉਹਨਾਂ ਗੀਤਾਂ ਨੂੰ ਪੰਜਾਬੀਆਂ ਨੇ ਰਾਜਮਾ ਮਣਾ ਮੂਹੀ ਝੋਲੀਆਂ ਭਰ ਭਰ ਕੇ ਪਿਆਰ ਦਿੱਤਾ ਹੈ। ਔਰ ਸਾਡੀ ਪੰਜਾਬੀ ਸੱਤ ਦੇ ਵਿੱਚ ਅੱਜ ਉਹੀ ਫਨਕਾਰ ਜਿਹਨੇ ਪਾਣੀ ਦੀਆਂ ਛੱਲਾਂ ਵਰਗਾ ਜੀ ਇੱਕ ਐਸਾ ਖੂਬਸੂਰਤ ਸਫ਼ਰ ਤੈਅ ਕੀਤਾ ਹੈ ਕਿ ਬਹੁਤ ਵੱਡੇ ਪੱਧਰ 'ਤੇ ਉਹਨਾਂ ਨੇ ਗਾਣੇ ਗਾਏ ਨੇ, ਭਾਵੇਂ ਉਹਨਾਂ ਨੇ ਕਿਹਾ ਕਿ ਤੇਰੀ ਮੈਂ ਹੋ ਨਾ ਸਕੀ, ਪਰ ਉਹਨਾਂ ਦੇ ਸੁਰ ਦੀ ਕਹਾਣੀ ਇਕੱਲੇ ਇਕੱਲੇ ਘਰ ਦੀ ਕਹਾਣੀ ਬਣੀ ਹੈ। ਅੱਜ ਸਾਡੇ ਨਾਲ ਹੈ ਜੀ ਪੰਜਾਬੀਆਂ ਦਾ ਚਹੇਤਾ ਅਤੇ ਮਹਿਬੂਬ ਕਲਾਕਾਰ ਫਿਰੋਜ਼ ਖਾਨ। ਸਭ ਤੋਂ ਪਹਿਲਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ। ਸ਼ੁਕਰੀਆ ਜੋਗੀ ਸਾਹਿਬ ਔਰ ਰਵਨੀਤ ਜੀ, ਬਹੁਤ ਬਹੁਤ ਤੁਹਾਡੀ ਟੀਮ ਦਾ ਬੜਾ ਧੰਨਵਾਦ ਕਿ ਤੁਸੀਂ ਮੇਰੇ ਘਰ ਦੇ ਵਿੱਚ ਕੀੜੀ ਦੇ ਘਰ ਨਾਰਾਇਣ ਆਏ ਹੈ। ਮੈਨੂੰ ਇੰਨਾ ਬਹੁਤ ਅੱਛਾ ਲੱਗ ਰਿਹਾ ਕਿ ਇਹ 7 ਪ੍ਰੋਗਰਾਮ ਜਿਹੜਾ ਤੁਸੀਂ ਲੈ ਕੇ, ਮੈਂ ਅਕਸਰ ਦੇਖਦਾ ਰਹਿੰਦਾ ਤੁਹਾਡੇ ਪ੍ਰੋਗਰਾਮ ਨੂੰ ਜੀ, ਅੱਜ ਬਹੁਤ ਹੀ ਅੱਛਾ ਲੱਗ ਰਿਹਾ ਕਿ ਤੁਸੀਂ ਮੇਰੇ ਆਪਣੇ ਵਿਹੜੇ ਦੇ ਵਿੱਚ ਬੈਠੇ ਹੋਏ ਹੋ। ਕਿਆ ਬਾਤ, ਤੁਹਾਡਾ ਬਹੁਤ ਬਹੁਤ ਵੈਲਕਮ ਜੀ। ਸਾਨੂੰ ਵੀ ਇਸ ਵਿਹੜੇ ਦੇ ਕਣ ਕਣ ਦੇ ਵਿੱਚੋਂ ਸੁਰਾਂ ਦੀ ਮਹਿਕ ਆ ਰਹੀ ਹੈ, ਔਰ ਬਹੁਤ ਮਾਣੀ ਵੀ ਹੈ ਮਹਿਕ ਅਸੀਂ, ਔਰ ਕਿੰਨੇ ਗੀਤ ਨੇ ਜਿਹੜੇ ਕਿ ਜ਼ਿਕਰ ਕਰੀਏ ਅਸੀਂ ਅਤੇ ਰਾਤ ਰਾਤ ਤੋਂ ਬਾਅਦ ਫਿਰ ਦਿਨ ਉਮਰਾਂ ਬੀਤ ਸਕਦੀਆਂ ਨੇ। ਇੰਨੇ ਸੋਹਣੇ ਗੀਤ, ਉਹਨਾਂ ਦੀਆਂ ਤਰੀਫਾਂ ਕਰਦੇ ਰਹੀਏ ਤਾਂ ਵੀ ਖਤਮ ਨਹੀਂ ਹੋ ਸਕਦੀਆਂ। ਅਤੇ ਜੇਕਰ ਗੱਲ ਕਰੀਏ ਪਾਣੀ ਦੀਆਂ ਛੱਲਾਂ, ਅਤੇ ਉਹ ਪਾਣੀ ਦੀਆਂ ਛੱਲਾਂ ਨੇ ਐਸੀਆਂ ਛੱਲਾਂ ਉਛਾਲੀਆਂ ਕਿ ਇੱਕ ਨਾਮ ਦੀ ਸੁਨਾਮੀ ਆਈ, ਔਰ ਉਹ ਨਾਮ ਫਿਰੋਜ਼ ਖਾਨ। ਇਹ ਪਾਣੀ ਦੀਆਂ ਛੱਲਾਂ, ਕਹਿੰਦੇ ਤੁਹਾਡਾ ਗੀਤ ਨਹੀਂ ਸੀ, ਇਹ ਪਰਮਾਤਮਾ ਨੇ ਬਖਸ਼ਿਸ਼ ਕੀਤੀ, ਤੁਹਾਡੀ ਮਿਹਨਤ ਨੇ, ਇਹ ਇੱਕ ਇੱਕ ਸਟੋਰੀ ਇਹਦੇ ਮਗਰ। ਬਿਲਕੁਲ ਜੀ, ਇਹ ਬਹੁਤ ਪਿਆਰੀ ਜੀ ਸਟੋਰੀ ਹੈ। ਬੜੇ ਵੱਡੇ ਲੈਜੈਂਡ ਲੋਕ ਇਸ ਗਾਣੇ ਦੇ ਵਿੱਚ ਨਾਲ ਸ਼ਿਰਕਤ ਕਰ ਰਹੇ ਨੇ। ਜੈਦੇਵ ਭਾਅ ਜੀ, ਬਾਬੂ ਸਿੰਘ ਮਾਨ ਜੀ, ਉਹਨਾਂ ਦਾ ਲਿਖਿਆ ਹੋਇਆ, ਉਹਨਾਂ ਦਾ ਗੀਤ ਦੇ ਬੋਲ ਇੰਨੇ ਪਿਆਰੇ ਕਿ ਅੱਜ ਤੱਕ ਮੈਨੂੰ ਆਪਣੇ ਗੀਤਾਂ ਦੇ ਵਿੱਚ ਇੱਦਾਂ ਦੇ ਬੋਲ ਲਫ਼ਜ਼ ਨਹੀਂ ਲੱਭੇ ਹੈਗੇ। ਜੀ, ਪਾਣੀ ਦੀਆਂ ਛੱਲਾਂ ਹੋਵਣ, ਮੋਰਾਂ ਦੀ ਰੁਣ ਝੁਣ ਹੋਵੇ, ਚਿੜੀਆਂ ਦੀਆਂ ਚੈਕਾਂ ਹੋਵਣ, ਪੌਣਾ ਵਿੱਚ ਘੁਲੀਆਂ ਨਾਜ਼ੁਕ ਕਲੀਆਂ ਦੀਆਂ ਮਹਿਕਾਂ ਹੋਵਣ, ਕਿੰਨਾ ਕਿੰਨਾ ਅੱਛਾ ਮਾਹੌਲ ਹੋਏਗਾ ਤੁਸੀਂ ਸੋਚ ਕੇ ਦੇਖੋ। ਸੋ ਇਹ ਬਾਬੂ ਸਿੰਘ ਮਾਨ ਹੀ ਸਿਰ ਸਕਦੇ ਨੇ, ਉਹਨਾਂ ਨੂੰ ਸਲਿਊਟ ਹੈ, ਸਲਾਮ ਹੈ। ਬਟ ਉਹ ਕਿਸੇ ਨਾ ਕਿਸੇ ਗੱਲ ਕਰਕੇ ਉਹ ਇਸ ਗੱਲ 'ਤੇ ਅੜੇ ਹੋਏ ਸੀ, ਮੈਂ ਤੁਹਾਡੀ ਗੱਲ ਦਾ ਆਨਸਰ ਦੇ ਦੇਵਾਂ ਜੀ, ਕਿ ਇਹ ਗਾਣਾ ਸੋਨੂੰ ਜੀ ਤੋਂ ਗਵਾਉਣਾ, ਸੋਨੂੰ ਨੇ ਗਾਉਣਾ। ਹਾਂ, ਅਤੇ ਉਹ ਫਿਰ ਕੁਦਰਤ ਬਖਸ਼ਿਸ਼ ਜਿਹਨੂੰ ਮਿਲਣੀ ਹੈ ਜੀ, ਜਿਹਨੂੰ ਰੱਬ ਨੇ ਦੇਣਾ ਹੈ ਅਤੇ ਉਹਨੂੰ ਹੀ ਦੇਣਾ ਹੈ।
ਉਹਦੇ ਤੋਂ ਫਿਰ ਕੋਈ ਖੋ ਨਹੀਂ ਸਕਦਾ ਜੀ। ਮੈਂ ਮੇਰੇ ਲਈ ਇਹ ਸਟੈਂਡ ਲਿਆ ਜੈਦੇਵ ਭਾਅ ਜੀ ਨੇ, ਉਹਨਾਂ ਨੂੰ ਵੀ ਮੇਰਾ ਇਸ ਗੱਲ ਦਾ ਮੇਰਾ ਥੈਂਕਸ ਹੈ ਮੇਰੇ ਵੱਲੋਂ ਕਿ ਉਹਨਾਂ ਨੇ ਕਿਹਾ ਕਿ ਬੇਟਾ ਇੱਕ ਵਾਰੀ ਗਾ ਜਾ ਕੇ ਮਾਈਕ 'ਤੇ। ਮੈਂ ਗਾਇਆ ਅਤੇ ਗਾਣਾ ਮੈਂ ਲੁੱਟ ਕੇ ਲੋਕ ਇਸ ਗਾਣੇ ਦੇ ਦੀਵਾਨੇ ਹੋ ਗਏ। ਔਰ ਜਿੰਨਾ ਕ੍ਰੈਡਿਟ ਮਿਲਣਾ ਚਾਹੀਦਾ ਸੀ ਫਿਰੋਜ਼ ਖਾਨ ਨੂੰ, ਕਿ ਤੁਹਾਨੂੰ ਸੱਚੇ ਦਿਲੋਂ ਲੱਗਦਾ ਕਿ ਉਹਨਾਂ ਮਿਲਿਆ ਤੁਹਾਨੂੰ ਉਹਨਾਂ ਫਾਇਦਾ ਹੋਇਆ? ਦੇਖੋ ਜੋਗੀ ਸਾਹਿਬ, ਇੱਕ ਸੰਤੁਸ਼ਟੀ ਦੀ ਗੱਲ ਹੁੰਦੀ ਹੈ, ਸਬਰ ਸੰਤੋਖ ਬੜੀ ਵੱਡੀ ਚੀਜ਼ ਹੁੰਦੀ ਹੈ। ਮੈਂ ਕਹਿੰਦਾ ਵੀ ਜਦੋਂ ਮੈਂ ਕੁਛ ਵੀ ਨਹੀਂ ਸੀਗਾ ਤਾਂ ਮੈਂ ਕੀ ਕਰ ਲੈਣਾ ਸੀ, ਜੇ ਹੁਣ ਮੈਂ ਬਹੁਤ ਕੁਛ ਪਾ ਲਿਆ ਤਾਂ ਫਿਰ ਵੀ ਮੈਂ ਕੀ ਕਰ ਲਿਆ, ਹੈ ਨਾ? ਬਹੁਤ ਅੱਛਾ। ਅਤੇ ਅੱਗੇ ਵੀ ਜੇ ਮੈਂ ਕਹਿੰਦਾ ਵੀ ਮੈਂ ਇਸ ਤੋਂ ਵੀ ਅੱਗੇ ਲੰਘ ਜਾਵਾਂ, ਜਾਂ ਕਿਉਂਕਿ ਉਹ ਦੇਣ ਵਾਲੇ ਦਾ ਨਾ ਪਰਮਾਤਮਾ ਦਾ ਜਿਹੜਾ ਜਿਹੜੀ ਨਜ਼ਰੇ ਅਨਾਇਤ ਹੈ, ਜਿਹੜੀ ਕਰਮ ਨੇ ਗੇ ਉਹਦੇ, ਹੈ ਨਾ, ਉਹ ਕਦੇ ਵੀ ਤੁਹਾਡੇ 'ਤੇ ਬੁੱਢੇ ਹੋਇਆਂ 'ਤੇ ਵੀ ਹੋ ਸਕਦੇ ਆ। ਬਿਲਕੁਲ। ਅਤੇ ਜੇ ਤੁਸੀਂ ਸਾਰੀਆਂ ਸਰਹੱਦਾਂ ਹੱਦਾਂ ਪਾਰ ਕਰ ਜਾਵੋ ਤਾਂ ਫਿਰ ਵੀ ਤੁਸੀਂ ਕੀ ਕਰ ਲੈਣਾ, ਕੁਛ ਵੀ ਨਹੀਂ ਨਾ, ਕੁਛ ਨਹੀਂ ਕਰ ਸਕਦੇ। ਜੇ ਕਿਤੇ ਫਿਰੋਜ਼ ਖਾਨ ਸਿੰਗਰ ਨਾ ਹੁੰਦੇ ਤਾਂ ਕੀ ਹੁੰਦੇ? ਮੈਂ ਆਮ ਕੋਈ ਕੰਮ ਕਰ ਰਿਹਾ ਹੁੰਦਾ, ਜਾਂ ਕਿਤੇ ਕੋਈ ਬੈਂਕ 'ਚ ਲੱਗਿਆ ਹੁੰਦਾ, ਜਾਂ ਕਿਤੇ ਕੋਈ ਜੋਬ ਕਰਦਾ ਹੁੰਦਾ ਛੋਟੀ ਮੋਟੀ, ਹੈ ਨਾ। ਇਹ ਮਤਲਬ ਗਾਇਕੀ ਵਾਲੇ ਪਾਸੇ ਕਿਵੇਂ ਆਉਣਾ ਹੋਇਆ? ਥੋੜ੍ਹਾ ਜਿਹਾ ਤਾਂ ਇੱਕ ਤਾਂ ਜਨੂਨ ਬਹੁਤ ਵੱਡਾ ਸੀਗਾ ਦਿਲ ਦੇ ਵਿੱਚ, ਇਹ ਸੀਗਾ ਕਿ ਵੀ ਕਰਨਾ ਹੀ ਕਰਨਾ, ਇੱਧਰ ਨੂੰ ਹੀ ਜਾਣਾ। ਇੱਕ ਮਾਇੰਡ ਬਣਾ ਲਿਆ ਸੀਗਾ ਛੋਟੇ ਹੁੰਦੇ ਨੇ ਮੈਂ, ਕਿਉਂਕਿ ਮੇਰੇ ਪਰਿਵਾਰ ਦੇ ਵਿੱਚ ਮੈਂ ਗਾਉਂਦਾ ਸੀ, ਬਾਕੀ ਮੇਰੇ ਭਰਾ ਵੀ ਗਾਉਂਦੇ ਸੀਗੇ, ਬਟ ਉਹਨਾਂ ਦਾ ਵੀ ਮੇਰੇ 'ਤੇ ਹੀ ਜ਼ੋਰ ਲੱਗਿਆ ਹੋਇਆ ਸੀਗਾ ਕਿ ਤੈਨੂੰ ਅਸੀਂ ਕੁਛ ਨਾ ਕੁਛ ਬਣਾਉਣਾ। ਅਤੇ ਮੈਂ ਮੇਰੇ ਲਈ ਉਹਨਾਂ ਨੇ ਕੋਸ਼ਿਸ਼ਾਂ ਵੀ ਕੀਤੀਆਂ, ਮੇਰੇ ਭਰਾਵਾਂ ਨੇ, ਉਹ ਜਿਉਂਦੇ ਰਹਿਣ, ਉਹਨਾਂ ਦੀ ਲੰਮੀ ਉਮਰ ਹੋਵੇ ਸਭ ਦੀ। ਅਤੇ ਕਿਤੇ ਨਾ ਕਿਤੇ ਮੈਂ ਜਾਣਾ ਹੁੰਦਾ ਸੀ ਅਤੇ ਮੈਂ ਉਹਨਾਂ ਤੋਂ ਕਿਰਾਇਆ ਲੈ ਜਾਂਦਾ ਸੀਗਾ, ਜਾਂ ਕਿਤੇ ਮੈਨੂੰ ਨੀਡ ਹੁੰਦੀ ਸੀ ਤਾਂ ਕੋਈ ਅੱਛਾ ਕੱਪੜਾ ਲੀੜਾ ਮੈਨੂੰ ਲੈ ਆਉਂਦੇ ਸੀ। ਮੇਰੀ ਸਟੱਡੀ ਦੇ ਵਿੱਚ ਵੀ ਮੇਰੀ ਹੈਲਪ ਕੀਤੀ ਮੇਰੇ ਬ੍ਰਦਰਸ ਨੇ। ਬੜਾ ਚੰਗਾ ਮਾਹੌਲ ਜਿਹੜਾ ਸੀਗਾ ਮੇਰੀ ਫੈਮਿਲੀ ਦਾ, ਗਾਉਣਾ ਵੀ ਸਿਖਾਉਂਦੇ ਰਹਿੰਦੇ ਸੀ, ਅਤੇ ਉਹਨਾਂ ਨੂੰ ਇੱਕ ਦਿਲ 'ਚ ਸੀਗੀ ਕਿ ਯਾਰ ਜੇ ਅਸੀਂ ਕੁਛ ਕਰ ਨਹੀਂ ਸਕੇ ਤਾਂ ਤੂੰ ਕਿਤੇ ਨਾ ਕਿਤੇ ਆ ਜ਼ਰੂਰ। ਸੋ ਮੇਰੀ ਕੋਸ਼ਿਸ਼ ਵੀ ਇਹੀ ਸੀਗੀ, ਫਿਰ ਜਦੋਂ ਉਹ ਜਨੂੰਨ ਕਿਤੇ ਨਾ ਕਿਤੇ ਰੰਗ ਲੈ ਕੇ ਆਉਂਦਾ। ਬਿਲਕੁਲ ਬਿਲਕੁਲ। ਔਰ ਸੱਚਮੁੱਚ ਦਿਲ ਦੇ ਵਿੱਚ ਜਨੂੰਨ ਹੋਵੇ ਤਾਂ ਬੰਦਾ ਕੁਝ ਵੀ ਕਰ ਸਕਦਾ, ਕਿਤੇ ਵੀ ਜਾ ਕੇ। ਉਹ ਕਹਿੰਦੇ ਨੇ ਕਿ ਬੇਹਿੰਮਤੇ ਹੀ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਔਰ ਸੰਘਰਸ਼ ਦੇ ਦਿਨਾਂ ਦੇ ਦੌਰਾਨ ਕੋਈ ਖਾਸ ਗੱਲ ਕਿ ਜਿਹਨੇ ਫਿਰੋਜ਼ ਖਾਨ ਨੂੰ ਥੋੜ੍ਹਾ ਜਿਹਾ ਕਿਤੇ ਤੋੜਿਆ ਹੋਵੇ, ਪਰ ਫਿਰ ਫਿਰੋਜ਼ ਖਾਨ ਨੇ ਉੱਠਿਆ ਕਿ ਨਹੀਂ ਯਾਰ ਇੱਦਾਂ ਦੀਆਂ ਤਾਂ ਹੁੰਦੀਆਂ ਰਹਿੰਦੀਆਂ, ਚੱਲ ਅੱਗੇ ਵੱਧ। ਬੜਾ ਕੁਛ ਹੁੰਦਾ ਸੀਗਾ। ਵੈਸੇ ਮੇਰੇ ਫਾਦਰ ਸਾਹਿਬ ਮੈਨੂੰ ਚਾਹੁੰਦੇ ਸੀਗੇ ਵੀ ਤੂੰ ਪੜ੍ਹ ਲਿਖ ਕੇ ਕਿਤੇ ਜੋਬ ਕਰ, ਕੋਈ ਅਫਸਰ ਬਣ ਜਾ। ਹਾਂ, ਕੋਈ ਮਾੜਾ ਮੋਟਾ, ਚਾਹੇ ਬਸ ਤੇਰੀ ਪੱਕੀ ਨੌਕਰੀ ਹੋਵੇ ਅਤੇ ਤੇਰੀ ਸੈਲਰੀ ਆਉਂਦੀ ਹੋਵੇ, ਬਸ ਉਹਦੇ ਵਿੱਚ ਤੇਰੀ ਜ਼ਿੰਦਗੀ ਬਹੁਤ ਅੱਛੀ ਰਹੇਗੀ। ਉਹ ਆਰਟਿਸਟ ਜਿਹੜਾ ਕੰਮ ਸੀਗਾ, ਜਿਹੜਾ ਕਲਾਕਾਰਾਂ ਦਾ, ਉਹਨੂੰ ਉਹ ਇੰਨਾ ਜ਼ਿਆਦਾ ਅੱਛਾ ਨਹੀਂ ਸੀ ਸਮਝਦੇ। ਗਾਣਾ ਜ਼ਰੂਰ ਅੱਛਾ ਸੁਣਦੇ ਸੀ ਉਹ, ਬਟ ਉਹ ਕੰਮ ਨੂੰ ਅੱਛਾ ਨਹੀਂ ਸੀ ਸਮਝਦੇ। ਫਿਰ ਮਦਰ ਵੀ ਮੈਨੂੰ ਸਿਖਾਉਣ ਲੱਗ ਗਏ, ਨਾਨਕਾ ਫੈਮਿਲੀ ਦਾ ਵੀ ਹੱਥ ਸੀਗਾ, ਮੇਰੇ ਗੁਰੂ ਜੀ ਸ਼ੌਕਤ ਅਲੀ ਮਤੋਈ ਸਾਹਿਬ, ਗੁਰੂ ਜੀ ਅਨਿਲ ਭਾਰਤੀ ਜੀ, ਜਿਨ੍ਹਾਂ ਨੂੰ ਕਾਲਜ ਟਾਈਮ ਮੈਂ ਜਿਨ੍ਹਾਂ ਤੋਂ ਸਿੱਖਦਾ ਰਿਹਾ, ਇਹ ਸਾਰਿਆਂ ਦਾ ਮੈਨੂੰ ਇਨਕਰੇਜ ਕੀਤਾ ਹੋਇਆ ਸੀਗਾ ਕਿ ਵੀ ਤੂੰ ਇੱਧਰਲੇ ਪਾਸੇ ਨੂੰ ਹੀ ਜਾਣਾ, ਤੂੰ ਕਲਾਕਾਰ ਹੈ ਅਤੇ ਤੂੰ ਕਲਾਕਾਰ ਬਣਨਾ, ਦੂਸਰਾ ਰਾਹ ਨਹੀਂ ਖਾਣਾ। ਹਾਂ, ਅਤੇ ਫਿਰ ਰੋਕਣ ਵਾਲੇ ਵੀ ਬੜੇ ਸੀਗੇ, ਇੱਦਾਂ ਦੀ ਵੀ ਗੱਲ ਨਹੀਂ ਸੀ ਹੈਗੀ, ਕਿ ਵੀ ਮਜਬੂਰੀਆਂ ਵੀ ਬੜੀਆਂ ਸੀ, ਹੈ ਨਾ। ਬਿਲਕੁਲ। ਉਹਦੇ ਵਿੱਚ ਇਹ ਵੀ ਆ ਜਾਂਦਾ ਸੀ ਕਿ ਸਾਨੂੰ ਫਿਰ ਹੁਣ ਤੂੰ ਜੇ ਇੱਧਰ ਨੂੰ ਹੀ ਜਾਣਾ ਅਤੇ ਪੜ੍ਹਾਈ ਅੱਗੇ ਕਰਨੀ ਹੈ ਤਾਂ ਸਾਨੂੰ ਪੈਸੇ ਚਾਹੀਦੇ ਆ, ਹੈ ਨਾ। ਬਿਲਕੁਲ। ਉਹ ਫਿਰ ਮੈਂ ਉਹ ਵੀ ਮੈਨੇਜ ਕਰਦਾ ਸੀਗਾ। ਉਹਦੇ ਵਿੱਚ ਮੇਰਾ ਕਿੱਟੂ ਭਾਅ ਜੀ ਨੇ ਬਹੁਤ ਸਾਥ ਦਿੱਤਾ, ਤੇਜ਼ਵੰਤ ਕਿੱਟੂ ਜੀ, ਉਹਨਾਂ ਨੇ ਬਹੁਤ ਰੱਜ ਕੇ ਸਾਥ ਦਿੱਤਾ। ਉਹਨਾਂ ਨੇ ਮੇਰੀ ਉਂਗਲੀ ਫੜੀ, ਉਹ ਮੈਨੂੰ ਦਿੱਲੀ ਲੈ ਕੇ ਗਏ, ਓਜਾ ਸਾਹਿਬ ਦੇ ਸੰਗੀਤਿਕਾ ਸਟੂਡੀਓ 'ਚ ਲੈ ਕੇ ਗਏ। ਉੱਥੇ ਫਿਰ ਮੈਨੂੰ ਜੈਦੇਵ ਬਬਲੂ ਮਿਲੇ, ਫਿਰ ਪ੍ਰਦੀਪ ਮਹਾਜਨ ਜੀ ਮਿਲੇ, ਫਿਰ ਸੰਜੀਵ ਆਨੰਦ ਜੀ ਮਿਲੇ, ਹਰਜਿੰਦਰ ਬਲ ਸਾਹਿਬ ਮਿਲੇ, ਅਤੇ ਫਿਰ ਇੱਕ ਵੱਡੀ ਟੀਮ ਬਣ ਗਈ। ਬਿਲਕੁਲ। ਉਹ ਮੈਨੂੰ ਸਾਂਭਣ ਵਾਲੇ ਮੇਰੇ ਜਿਹੜੇ ਮੋਢੇ ਸੀਗੇ ਜਿਨ੍ਹਾਂ ਦੇ ਉੱਤੇ ਮੈਂ ਚੜ੍ਹ ਕੇ ਬੈਠ ਗਿਆ ਜੀ, ਅਤੇ ਉਹਨਾਂ ਨੇ ਬਹੁਤ ਸਾਥ ਦਿੱਤਾ। ਔਰ ਇਹ ਜਿਹੜੀ ਵੱਡੀ ਟੀਮ ਹੈ ਨਾ, ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ, ਔਰ ਉਦਾਸ ਰੰਗ ਦੇ ਉਹ ਗੀਤ ਲੋਕਾਂ ਨੂੰ ਲਿਆ ਕੇ ਦਿੱਤੇ ਕਿ ਜਿਹੜੇ ਬਹੁਤ ਸਾਰੇ ਨਵੀਂ ਨਵੀਂ ਚੜ੍ਹਦੀ ਉਮਰ ਦੇ ਟੁੱਟੇ ਦਿਲ ਹੁੰਦੇ ਨਾ, ਉਸ ਵੇਲੇ ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ,
प्यार दिया गल्ला होवन तू होवे मैं हुआ कुछ गल्ला तू करे कुछ गल्ला मैं करा मुके ना साड़ी गलबात पानी दिया छल्ला होवन तू होवे मैं हुआ प्यार दिया गल्ला होवन तू होवे मेरे दिमाग दे विच इह गल आ रही है कि जो भी तुसीं कोई फिल्म करदे हो फिल्म दा कोई गाना करदे हो उस तो बाद उम्मीदां बहुत उच्चियां हो जांदियां ने अपनियां भी दर्शकां दियां भी स्रोतियां दियां भी सो उस तो बाद जिवें अजकल दा एक ट्रेंड है कि पंजाबी गायक जिहड़े ने उहनां दा बॉलीवुड दा सफर जद तक ना होवे उहनां दा करियर जिहड़ा अधूरा मन्निया जांदा है कदे दिल च इच्छा आई भी मैं भी बॉलीवुड दे विच गावां जां कोई मौका इहो जिहा मैं जिस धरती ते पैदा होया मैं बड़ा ही खुशकिस्मत समझदा हां कि मैं पंजाब दे विच पैदा होया मैं गुरुआं पीरां दी धरती ते पैदा होया मैनू इत्थे दे लोकां ने इन्ना रजा दिता है इन्ना सब कुछ दे दिता है मैं संतुष्ट हैगा वो नहीं गल हैगी कि मैं अंबरां च उड़ना नहीं चाहता हर किसी दीआं उम्मीदां हुंदीआं ने मौका मिलेगा तो जरूर जावांगा जी और जरूर मैं बॉलीवुड भी हॉलीवुड भी खेडांगा बट मैं खुश हाँ ਬਹੁਤ ਖੁਸ਼ ਆ ਜਿਹੜਾ ਬੰਦਾ ਖੁਸ਼ ਹੋਵੇ ਹਾਂ ਬਿਲਕੁਲ ਦੇਖੋ ਮੇਰੇ ਦਿਮਾਗ 'ਚ ਇਹੀ ਗੱਲ ਹੈ ਉਹਦੇ ਵਰਗੀ ਤਾਂ ਕੋਈ ਰੀਜ਼ਨ ਹੀ ਨਹੀਂ ਪਰ ਉਦਾਸ ਰੰਗ ਦੇ ਗਾਣੇ ਇੱਕ ਖੁਸ਼ ਮਿਜਾਜ਼ ਇਨਸਾਨ ਗਾਵੇ ਤਾਂ ਹੈਰਾਨੀ ਹੁੰਦੀ ਹੈ ਨਹੀਂ ਮੈਂ ਬਹੁਤ ਤਰ੍ਹਾਂ ਦੇ ਗੀਤ ਗਾਏ ਨੇ ਹੁਣ ਮੇਰਾ ਇੱਕ ਗੀਤ ਆਇਆ ਜੀਜਾ ਸਾਲੀ ਦਾ ਨਾਕਿਆਂ ਦਾ ਜਿਹੜਾ ਹੁੰਦਾ ਨਾ ਉਹ ਸ਼ਗਨ ਸੁਨਹਿਰੀ ਬਣ ਕੇ ਜੀ 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 ਹੈਨਾ ਕਿੰਨੀ ਰੱਖੀ ਹੈ ਡਿਮਾਂਡ ਮੂੰਹ ਬੋਲ ਸਾਲੀਏ ਮੈਂ ਵੀ ਕਿਹੜਾ ਨਿੱਤ ਨਿੱਤ ਵਿਆਹ ਕਰਵਾਉਣਾ ਦਿਉਂ ਸਾਰੀਆਂ ਨੂੰ ਨੋਟਾਂ ਨਾਲ ਤੋਲ ਸਾਲੀਏ ਨੀ ਮੈਂ ਵੀ ਕਿਹੜਾ ਨਿੱਤ ਨਿੱਤ ਵਿਆਹ ਕਰਵਾਉਣਾ ਦਿਉਂ ਸਾਰੀਆਂ ਨੂੰ ਨੋਟਾਂ ਨਾਲ ਤੋਲ ਸਾਲੀਏ ਨੀ ਦਿਉਂ ਸਾਰੀਆਂ ਨੂੰ ਨੋਟਾਂ ਨਾਲ ਤੋਲ ਸਾਲੀਏ ਗੀਤ ਏਦਾਂ ਦੇ ਮੈਂ ਵਿਆਹਾਂ ਦੇ ਇੱਕ ਮੇਰਾ ਤੀਆਂ ਤੇ ਗੀਤ ਆਇਆ ਗਾ ਐਤ ਕੀਤੀਆਂ ਤੇ ਮੈਨੂੰ ਲੈ ਦੇ ਝਾਂਜਰਾਂ ਵੇ ਪਾਉ ਬੋਲੀਆਂ ਗਿੱਧੇ ਚ ਤੇਰੇ ਨਾਂ ਬੜੇ ਸਵੀਟ ਗੀਤ ਨੇ ਔਰ ਤੁਸੀਂ ਕੋਈ ਵੀ ਤਿਉਹਾਰ ਮੈਂ ਚਾਹੁੰਦਾ ਨਹੀਂ ਕਿ ਮੈਂ ਖਾਲੀ ਛੱਡਾਂ ਉਹ ਪਿੱਪਲੀ ਵਾਲਾ ਸੌਂਗ ਵੀ ਬਹੁਤ ਵਧੀਆ ਸੀ ਤੁਹਾਡਾ ਪਿੱਪਲੀ ਦੇ ਚੰਨ ਝੂਟਦਾ ਗੋਰੇ ਰੰਗ ਦੇ ਪਹਿਣ ਲਿਸ਼ਕ ਹਾਂ ਬਹੁਤ ਵਧੀਆ ਸ਼ਫੀ ਮੁਹੰਮਦ ਅਲੀ ਜੀ 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 ਕਿਉਂਕਿ ਗਾਣੇ ਬਹੁਤ ਸਾਰੇ ਨੇ ਬਹੁਤ ਖੂਬਸੂਰਤ ਪਰ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਤੀਰ ਵਾਂਗੂ ਵੱਜੇ ਉਹ ਉਦਾਸ ਰੰਗ ਦੇ ਪਰਮਾਤਮਾ ਨੇ ਬੜਾ ਆਵਾਜ਼ ਦੇ ਵਿੱਚ ਸੋਜ ਬਖਸ਼ਿਆ ਬਹੁਤ ਕੀ ਕਹਿੰਦੇ ਆ ਦਰਦ ਇੰਨਾ ਆਵਾਜ਼ ਦੇ ਵਿੱਚ ਇੰਨੀ ਮਿਠਾਸ ਸੋਰਿਆ ਔਰ ਇਹ ਦਰਦ ਕੀ ਕਿਤੇ ਵੇਸਲੇ ਅਵੇਸਲੇ ਦੇਰ ਸਵੇਰ ਫਿਰੋਜ਼ ਖਾਨ ਦੇ ਦਿਲ ਦੇ ਵਿੱਚ ਤਾਂ ਨਹੀਂ ਸੀ ਉਸ ਦਰਦ ਦੀ ਅਸੀਂ ਗੱਲਬਾਤ ਕਰਾਂਗੇ ਵਾਪਸ ਆਣ ਕੇ ਇਸ ਬ੍ਰੇਕ ਤੋਂ ਬਾਅਦ ਸਵਾਗਤ ਹੈ ਤੁਹਾਡਾ ਇਸ ਵਕਫੇ ਤੋਂ ਬਾਅਦ ਦੇਖ ਰਹੇ ਤੁਸੀਂ ਪੰਜਾਬੀ ਨੈਸ਼ਨਲ ਟੀਵੀ 'ਤੇ ਪ੍ਰੋਗਰਾਮ ਪੰਜਾਬੀ ਸੱਤ 'ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਉੱਘੇ ਗਾਇਕ ਫਿਰੋਜ਼ ਖਾਨ ਹੋਰਾਂ ਦੇ ਨਾਲ ਉਦਾਸੀ ਜਿਨ੍ਹਾਂ ਦੇ ਗੀਤਾਂ ਦੇ ਵਿੱਚ ਝਲਕਦੀ ਹੈ ਪਰ ਨਾਲ ਹੀ ਇੱਕ ਗੱਲ ਇਹ ਵੀ ਹੈ ਕਿ ਉਹਨਾਂ ਦੇ ਗੀਤਾਂ ਦੇ ਵਿੱਚ ਸੁਰ ਉੱਭਰ ਕੇ ਆਉਂਦਾ ਪਰ ਇਹ ਉਦਾਸੀ ਕਿੱਥੋਂ ਆਈ ਕਿਤੇ ਇਹਦਾ ਵਾਸਤਾ ਉਹਨਾਂ ਦੇ ਦਿਲੋਂ ਬਿਲਕੁਲ ਡਾਇਰੈਕਟ ਤਾਂ ਨਹੀਂ ਜੀ ਕਿਤੇ ਕੋਈ ਸਿੱਧੀ ਗੱਲਬਾਤ ਕਿ ਜਿਹੜਾ ਬੰਦਾ ਇੰਨਾ ਹੀ ਉਦਾਸ ਹੋ ਗਿਆ ਕਿਉਂਕਿ ਦਿਲ ਦੇ ਵਿੱਚ ਹੌਂਕੇ ਐਵੇਂ ਤਾਂ ਨਹੀਂ ਉੱਠਦੇ ਗੱਲ ਤਾਂ ਕੋਈ ਨਾ ਕੋਈ ਜ਼ਰੂਰ ਹੋਣੀ ਤੁਸੀਂ ਮੈਨੂੰ ਹੱਸਦੇ ਵਸਦੇ ਬੰਦੇ ਨੂੰ ਉਦਾਸ ਉਦਾਸ ਕਹੀ ਜਾਂਦੇ ਹੋ ਮੇਰਾ ਜ਼ੋਰ ਲੱਗਿਆ ਹੈ ਤੁਹਾਨੂੰ ਦੱਸਣ 'ਤੇ ਵੀ ਮੈਂ ਹਰ ਤਰ੍ਹਾਂ ਦੇ ਗਾਣੇ ਗਾਉਂਦਾ ਮੈਂ ਰੋਮੈਂਟਿਕ ਸੌਂਗ ਵੀ ਗਾਉਂਦਾ ਬੜਾ ਰੋਮੈਂਟਿਕ ਆਦਮੀ ਹਾਂ ਔਰ ਮੈਂ ਬੜੇ ਅੱਛੇ ਅੱਛੇ ਗੀਤ ਜਿਹੜੇ ਡਾਂਸਿੰਗ ਬੰਦ ਬੋਤਲੇ ਗਿੱਧੇ ਦੇ ਵਿੱਚ ਖੁੱਲ ਖੁੱਲ ਜਾਵੇਂ ਮੇਲੇ ਵਿੱਚ ਪਹਿਣ ਬੋਲੀਆਂ ਢੋਲ ਵੱਜ ਗਏ ਪਤਲੀਏ ਨਾਰੇ ਇਹ ਸਾਰੇ ਗਾਣੇ ਮੇਰੇ ਸੁਪਰ ਹਿੱਟ ਨੇ ਸੋਹਣੀ ਦਿਲ ਨਹੀਂ ਲੱਗਦਾ ਤੇਰੇ ਬਿਨਾਂ ਕਿੱਡਾ ਸੁਪਰ ਡੁਪਰ ਹਿੱਟ ਗੀਤ ਪਰ ਤੁਸੀਂ ਮੈਨੂੰ ਮੋੜ ਮੋੜ ਕੇ ਸਾਈਡ ਵੱਲ ਨੂੰ ਨਾ ਲੈ ਕੇ ਆਓ ਜਿੰਨੇ ਮਰਜ਼ੀ ਉਹ ਤੁਸੀਂ ਚਲੋ ਤੇਰੀ ਮੈਂ ਹੋ ਨਾ ਸਕੀ ਦਰਦ ਜੁਦਾਈਆਂ ਦੇ ਇਹ ਜੋਗੀ ਸਾਹਿਬ ਇੱਕ ਯੁੱਗ ਸੀਗਾ ਜਦੋਂ ਮੈਂ ਮੇਰੀ ਐਂਟਰੀ ਹੋਈ ਉਸ ਵੇਲੇ ਦਵਿੰਦਰ ਕੋਹੇਨੂਰ ਸੁਪਰ ਹਿੱਟ ਸੀ ਉਸ ਵੇਲੇ ਮੇਜਰ ਰਾਜਸਥਾਨੀ ਸੁਪਰ ਹਿੱਟ ਸੀ ਹਰਦੇਵ ਮਾਹੀ ਨੰਗਲ ਅਤੇ ਹੋਰ ਬਹੁਤ ਸਾਰੇ ਆਰਟਿਸਟ ਜਿਹੜੇ ਸਾਰੇ ਸੈਡ ਸੌਂਗ ਹੀ ਗਾਉਂਦੇ ਸੀਗੇ ਅਤੇ ਕਿਤੇ ਕਿਤੇ ਕੋਈ ਟਾਵਾਂ ਟਾਵਾਂ ਗੀਤ ਇੱਦਾਂ ਦਾ ਆਉਂਦਾ ਹੁੰਦਾ ਸੀ ਵੀ ਨੱਚਣ ਟੱਪਣ ਵਾਲਾ ਉਹ ਮਾਹੌਲ ਹੀ ਇਹੋ ਜਿਹਾ ਸੀਗਾ ਉਸ ਵੇਲੇ ਇੱਕ ਕੈਸੇਟ ਆਉਂਦੀ ਸੀ ਅੱਠ ਗੀਤਾਂ ਦੀ ਅਤੇ ਅੱਠਾਂ ਗੀਤਾਂ ਦੇ ਵਿੱਚ ਸੱਤ ਗੀਤ ਸੈਡ ਹੁੰਦੇ ਸੀ ਅਤੇ ਇੱਕ ਗਾਣਾ
ਕਿਤੇ ਕੋਈ ਡਾਂਸਿੰਗ ਪਾ ਆਉਂਦਾ ਸੀ ਜੀ 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 ਇਹੋ ਜਿਹਾ ਮਾਹੌਲ ਹੋਣ ਕਰਕੇ ਤਾਂ ਮੇਰੀ ਵੀ ਐਂਟਰੀ ਉਹਨਾਂ ਦਿਨਾਂ ਦੇ ਵਿੱਚ ਹੋਈ ਅਤੇ ਹੌਲੀ ਹੌਲੀ ਕਰਕੇ ਤਾਂ ਉਹ ਮੇਰਾ ਇੱਕ ਜੋਨਰ ਹੀ ਬਣਾ ਦਿੱਤਾ ਮਿਊਜ਼ਿਕ ਡਾਇਰੈਕਟਰਸ ਨੇ ਅਤੇ ਰਾਈਟਰਸ ਨੇ ਉਸ ਤੋਂ ਬਾਅਦ ਸੁਣਨ ਵਾਲਿਆਂ ਨੂੰ ਤਾਂ ਤੁਸੀਂ ਜਿੱਦਾਂ ਦਾ ਦਿਓਗੇ ਉੱਦਾਂ ਦਾ ਹੋ ਜਾਏ ਬਿਲਕੁਲ ਹੈ ਨਾ ਤੇਰੀ ਮੈਂ ਹੋ ਨਾ ਸਕੇ ਗੀਤ ਮੈਂ ਜੋਗੀ ਸਾਹਿਬ ਥੋੜ੍ਹੀ ਜਿਹੀ ਗੱਲ ਤੁਹਾਡੀ ਟੋਕ ਰਿਹਾ ਮੈਂ ਚਾਹੁੰਦਾ ਕਿ ਵੀ ਮੈਂ ਵਰਸਟਾਈਲ ਸਿੰਗਰ ਹੈਗਾ ਉਹ ਤਾਂ ਹੈਗੇ ਤੁਸੀਂ ਉਹ ਤਾਂ ਹੈਗੇ ਮੈਂ ਕਵਾਲੀ ਵੀ ਗਾ ਸਕਦਾ ਮੈਂ ਡਾਂਸਿੰਗ ਵੀ ਗਾ ਸਕਦਾ ਮੈਂ ਫਿਊਜ਼ਨ ਵੀ ਗਾ ਸਕਦਾ ਮੈਂ ਜੇ ਚਾਹਵਾਂ ਤਾਂ ਮੈਂ ਅੱਜ ਦੇ ਜਿਹੜੇ ਕਿਸੇ ਤਰ੍ਹਾਂ ਦੇ ਗੀਤ ਵੀ ਮੈਂ ਗਾ ਸਕਦਾ ਬਟ ਮੈਂ ਇੱਕ ਉਹਦੇ ਵਿੱਚ ਰਹਿਣਾ ਚਾਹੁੰਦਾ ਲਿਮਿਟ ਦੇ ਵਿੱਚ ਰਹਿਣਾ ਚਾਹੁੰਦਾ ਲਿਮਿਟ ਦੇ ਵਿੱਚ ਰਹਿਣ ਕਰਕੇ ਜਿਹੜੇ ਅੱਜ ਕੱਲ੍ਹ ਜਿਹੜੇ ਅਸੀਂ ਗੀਤ ਗਾਉਂਦੇ ਹਾਂ ਗੋਲੀਆਂ ਬੰਦੂਕਾਂ ਵਾਲੇ ਜਿਹੜੇ ਚੱਲਦੇ ਨੇ ਉਹ ਅਸੀਂ ਗਾਉਂਦੇ ਨਹੀਂ ਹੈਗੇ ਇਸ ਕਰਕੇ ਸਾਡੇ ਜਿਹੜੇ ਲੋਕਾਂ ਦਾ ਮਾਹੌਲ ਉਦਾਂ ਦਾ ਬਣਿਆ ਹੋਇਆ ਜ਼ਿਆਦਾ ਦੇਰ ਨਹੀਂ ਰਹਿਣ ਵਾਲਾ ਪਰ ਇਸੇ ਤੋਂ ਜੁੜਦੀ ਇੱਕ ਗੱਲ ਇਹ ਵੀ ਹੈ ਕਿ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਕੱਲ੍ਹ ਦੇ ਰੌਲੇ ਗੌਲੇ ਦੇ ਵਿੱਚ ਸੁਰ ਕਿਤੇ ਖਾਮੋਸ਼ ਹੋ ਗਿਆ ਨਹੀਂ ਬਿਲਕੁਲ ਨਹੀਂ ਹੋ ਸਕਦਾ ਸੱਚ ਸੱਚ ਹੈ ਸੁਰ ਕਿੱਦਾਂ ਖਾਮੋਸ਼ ਹੋ ਜੂਗਾ ਜੀ ਖਾਨ ਕਮਲ ਖਾਨ ਮਾਸ਼ਾ ਅਲੀ ਖਾਨ ਸਾਹਿਬ ਮਾਸਟਰ ਸਲੀਮ ਫਿਰੋਜ਼ ਖਾਨ ਅਤੇ ਹੋਰ ਕਿੰਨੇ ਜਦੋਂ ਜਦੋਂ ਤੁਸੀਂ ਕੋਈ ਸੁਣੋਗੇ ਨਾ ਜਿੱਦਾਂ ਜੀ ਟੀ ਵੀ ਵਗੈਰਾ ਹੋ ਗਿਆ ਵੋਇਸ ਆਫ ਪੰਜਾਬ ਹੋ ਗਿਆ ਕਿੰਨੇ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਚੱਲ ਰਹੇ ਨੇ ਵਰਾਇਟੀ ਸ਼ੋਅ ਚੱਲ ਰਹੇ ਨੇ ਉਹਨਾਂ ਦੇ ਵਿੱਚ ਸੁਰ ਦੇ ਹੀ ਮਾਇਨੇ ਨੇਗੇ ਉਹਦੇ ਵਿੱਚ ਜਿਹੜਾ ਬੰਦਾ ਸੁਰ 'ਚ ਨਹੀਂ ਗਾਉਂਦਾ ਉਹਨਾਂ ਨੂੰ ਬਰਖਾਸਤ ਕੀਤਾ ਜਾਂਦਾ ਐਂਡ 'ਤੇ ਜਾ ਕੇ ਇੱਕ ਸੁਰ ਵਾਲਾ ਅਤੇ ਇੱਕ ਅੱਛੀ ਸ਼ਾਇਰੀ ਵਾਲਾ ਬੰਦਾ ਹੀ ਉੱਥੇ ਦਾ ਵਿਨਰ ਬਣਦਾ ਗਿਆ ਇਸ ਕਰਕੇ ਖਾਮੋਸ਼ ਨਹੀਂ ਹੋ ਸਕਦਾ ਜਿੰਨੀ ਦੇਰ ਇਹ ਮੇਰੀ ਅਗਲੀ ਪੀੜ੍ਹੀ ਆ ਗਈ ਹੈ ਕਮਲ ਖਾਨ ਹੈ ਮਾਸ਼ਾ ਅਲੀ ਹੈ ਜੀ ਖਾਨ ਹੈ ਖਾਨ ਸਾਹਿਬ ਹੈ ਮੁੰਡਾ ਕਾਕਾ ਹੈਗਾ ਅਤੇ ਮੁੰਡਾ ਅਰਜੁਨ ਹੈਗਾ ਕਿੰਨੇ ਮੁੰਡੇ ਹੈਗੇ ਨੇ ਜਿਹੜੇ ਸੁਰ ਨੂੰ ਲੈ ਕੇ ਚੱਲੇ ਹੋਏ ਨੇ ਬਿਲਕੁਲ ਜੀ ਉਹ ਕਿੱਥੇ ਪੰਜਾਬ ਮੈਂ ਗਰੰਟੀ ਦਿੰਦਾ ਕਿ 50 ਸਾਲ ਉਹ ਸਾਡੇ ਸੁਰ ਨੂੰ ਸਾਡੀ ਉਸ ਤੋਂ ਬਾਅਦ ਅਗਲੀ ਪੀੜ੍ਹੀ ਵੀ ਆ ਰਹੀ ਜੀ ਚੰਗੇ ਚੰਗੇ ਵੀ ਗੀਤ ਬਹੁਤ ਸਾਰੇ ਆ ਰਹੇ ਨੇ ਔਰ ਇਹਨਾਂ ਦੇ ਵਿੱਚ ਮੰਦਿਆਂ ਦਾ ਸ਼ੋਰ ਸ਼ਰਾਬਾ ਜਿਹੜਾ ਹੈ ਕੁਛ ਬੋਲ ਇਸ ਤਰ੍ਹਾਂ ਦੇ ਆ ਜਾਂਦੇ ਨੇ ਜੋਗੀ ਸਾਹਿਬ ਮੈਂ ਉਹਨਾਂ ਨੂੰ ਵੀ ਮੰਦੇ ਨਹੀਂ ਕਹਿੰਦਾ ਇਹ ਇੱਕ ਇੱਕ ਹਵਾ ਹੁੰਦੀ ਹੈ ਉਹਦੇ ਵਿੱਚ ਹਨੇਰੀ ਵੀ ਆਣੀ ਹੁੰਦੀ ਹੈ ਇਹ ਨੇਚਰ ਪਰ ਪ੍ਰਦੂਸ਼ਣ ਨਹੀਂ ਸੱਭਿਆਚਾਰਕ ਪ੍ਰਦੂਸ਼ਣ ਨਹੀਂ ਮੈਂ ਪ੍ਰਦੂਸ਼ਣ ਤੁਸੀਂ ਕਹਿ ਰਹੇ ਹੋ ਇਹ ਸੁਣ ਰਹੇ ਨੇ ਲੋਕ ਜੀ ਇਹ ਲੋਕ ਜਦੋਂ ਸੁਣਦੇ ਨੇ ਜਦੋਂ ਉਫ ਹੋ ਜਾਂਦਾ ਹੈ ਉਹ ਫੇਰ ਆ ਕੇ ਰੁਮਕ ਦੀ ਹਵਾ ਤੇ ਹੀ ਖੜਦੇ ਆ ਤੁਹਾਨੂੰ ਲੱਗਦਾ ਕਿ ਹੁਣ ਅਸੀਂ ਉਫ ਤੇ ਆ ਗਏ ਹਾਂ ਆ ਚੁੱਕਿਆ ਥੋੜ੍ਹੀ ਦੇਰ ਜਾਂਦੀ ਹੈ ਲੋਕਾਂ ਨੇ ਜਦੋਂ ਫਿਰ ਇੱਕ ਜਿਹੜੀ ਠੰਡੀ ਜਿਹੜੀ ਆਮ ਹਵਾ ਚੱਲਦੀ ਹੈ ਜਿਹਦੇ ਵਿੱਚ ਅਸੀਂ ਸਾਹ ਲੈਂਦੇ ਹਾਂ ਉਹ ਆਕਸੀਜਨ ਵਾਲੀ ਹਵਾ ਲੋਕਾਂ ਨੂੰ ਨੀਡ ਪਏਗੀ ਔਰ ਉਹ ਲੈਣਗੇ ਜੀ ਜਿੱਦਾਂ ਕਾਫੀ ਹਨੇਰੀਆਂ ਤੂਫਾਨ ਝੁੱਲ ਜਾਵੇ ਬਾਅਦ ਵਿੱਚ ਜਦੋਂ ਫਿਰ ਮੀਂਹ ਪੈਂਦਾ ਹੈ ਮਿੱਟੀ ਵੀ ਮਹਿਕਦੀ ਹੈ ਬਿਲਕੁਲ ਆਲਾ ਦੁਆਲਾ ਵੀ ਸਾਫ਼ ਸੁਥਰਾ ਜਦੋਂ ਕੋਈ ਅੱਛੀ ਗੱਲ ਕਰੇਗਾ ਸਾਡਾ ਸਤਿੰਦਰ ਸਰਤਾਜ ਅੱਛੀ ਗੱਲ ਕਰਦਾ ਜੀ ਜੀ ਮੁੰਡਾ ਪ੍ਰਭ ਗਿੱਲ ਹੈ ਅੱਛੀ ਗੱਲ ਕਰਦਾ ਜੀ ਜਾਨੀ ਹੋਣੀ ਨੇ ਉਹ ਅੱਛੀ ਗੱਲ ਕਰਦੇ ਬਿਲਕੁਲ ਹੈ ਨਾ ਬਿਲਕੁਲ ਅਤੇ ਬੀ ਪ੍ਰੈਗ ਹੈ ਮੁੰਡਾ ਉਹ ਅੱਛੀ ਗੱਲ ਕਰਦਾ ਹੈ ਹੋਰ ਬਹੁਤ ਸਾਰੇ ਮੁੰਡੇ ਨੇਗੇ ਜਿਹੜੇ ਜਿਹੜੀ ਅੱਛੀ ਗੱਲ ਕਰਦੇ ਨੇ ਉਹ ਵੀ ਚੱਲਦੀ ਹੈ ਬਿਲਕੁਲ ਅਸੀਂ ਅਸੀਂ ਕੀ ਕਰਦੇ ਹਾਂ ਨਾ ਜਿਹੜਾ ਮਾਇੰਡ ਨਾ ਕਰਿਓ ਕਿ ਜਿਹੜਾ ਮੀਡੀਆ ਹੈਗਾ ਸਾਡਾ ਅਸੀਂ ਉਹਨਾਂ ਨੂੰ ਜ਼ਿਆਦਾ ਨਹੀਂ ਉਹ ਦੇ ਰਹੇ ਤੂਲ ਦੇ ਰਹੇ ਉਹਨਾਂ ਦੀ ਐਡ ਕਰ ਰਹੇ ਹਾਂ ਅਸੀਂ ਕਿ ਵੀ ਤੁਸੀਂ ਉਹ ਜਿਹੜੇ ਗਾਣੇ ਗਾਉਂਦੇ ਨੇ ਜੀ ਉਹ ਕਿਉਂ ਗਾਉਂਦੇ ਨੇ ਜੀ ਉਹਨਾਂ ਨੂੰ ਐਡਵਰਟਾਈਜ਼ਮੈਂਟ ਮਿਲਦੀ ਹੈ ਜੀ ਇੱਕ ਟ੍ਰੈਂਡ ਜਿਹਾ ਚੱਲ ਪਿਆ ਹੈ ਕਿ ਤੁਸੀਂ ਗਾਇਕੀ ਦੇ ਨਾਲ ਨਾਲ ਫਿਲਮਾਂ ਦੇ ਵਿੱਚ ਵੀ ਆਓ ਕਦੀ ਫਿਰੋਜ਼ ਖਾਨ ਦਾ ਵੀ ਜੀ ਕੀਤਾ ਕਿ ਮੈਂ ਬਣਾਈ ਹੈ ਜੀ ਫਿਲਮ jugaadi.com ਫਿਲਮ ਮੇਰੀ ਆਈ ਹੈ ਜੀ ਜੀ ਉਹਦਾ ਥੋੜਾ ਜਿਹਾ ਕਨਸੈਪਟ ਇਦਾਂ ਦਾ ਸੀ ਬਾਕੀ ਕੁਝ ਥੋੜੀ ਜੀ ਟੀਮ ਮੇਰੀ ਇਦਾਂ ਦੀ ਸੀ ਕਿ ਜਿਹਦੇ ਕਰਕੇ ਅਸੀਂ ਉਹ ਪੈਰ ਲਾ ਨਹੀਂ ਪਾਏ ਜ਼ਮੀਨ ਤੇ ਜੀ ਬਟ ਕੁਛ ਨਾ ਕੁਛ ਹੋਰ ਅੱਗੇ ਸਾਡੀ ਪਲੈਨਿੰਗ ਹੁਣ ਚੱਲ ਰਹੀ ਹੈ ਜੀ ਹਰ ਇੱਕ ਰੰਗ ਦਾ ਗੀਤ ਫਿਰੋਜ਼ ਖਾਨ ਉਹਨਾਂ ਨੇ ਗਾਇਆ ਤੇ ਪਰ ਜਿਹੜਾ ਆਮ ਤੌਰ ਤੇ ਲੋਕਾਂ ਦੇ ਦਿਲਾਂ ਦੇ ਉੱਪਰ ਲੱਗਿਆ ਜਿਸ ਗਾਣੇ ਨੇ ਫਿਰੋਜ਼ ਖਾਨ ਨੂੰ ਬਹੁਤ ਲੋਕਾਂ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਕਿ ਇਹ ਮੇਲਿਆਂ ਦੀ ਸ਼ਾਨ ਬਣੇਗਾ ਇਹ ਲੋਕਾਂ ਦੇ ਦਿਲਾਂ ਦੀ ਧੜਕਣ ਬਣੇਗਾ ਕਿਤੇ ਇੱਧਰੋਂ ਟਰੈਕਟਰ ਟਰਾਲੀ ਨਿਕਲ ਗਿਆ ਉੱਥੇ ਫਿਰੋਜ਼ ਖਾਨ ਚੱਲ ਰਿਹਾ ਕਿਤੇ ਮੁੰਡਿਆਂ ਦੇ ਫੋਨਾਂ ਦੇ ਵਿੱਚ ਇਹ ਜਿਹੜੇ ਸੈਡ ਸੌਂਗ ਨੇ ਕਿਉਂਕਿ ਇਹ ਤੁਹਾਡੇ ਵਾਸਤੇ ਇੱਕ ਮੈਂ ਕਹਿੰਦਾ ਕਿ ਬਹੁਤ ਵੱਡੀ ਇੱਕ ਬਖਸ਼ਿਸ਼ ਵੀ ਹੈ ਕਿ ਤੁਹਾਡਾ ਇੱਕ ਉਹ ਵੀ ਗੀਤ ਲੋਕਾਂ ਨੇ ਪਸੰਦ ਕੀਤੇ ਦੂਸਰੇ ਵੀ ਪਸੰਦ ਕੀਤੇ ਔਰ ਉਹ ਜਿਹੜੇ ਗੀਤ ਨੇ ਔਰ ਹਰਜਿੰਦਰ ਬੱਲ ਗੀਤਕਾਰ ਇਹ 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 ਮੇਲ ਮਿਲਾਪ ਕਿੱਦਾਂ ਹੋਇਆ ਤੁਸੀਂ ਹੁਣ ਯਕੀਨ ਨਹੀਂ ਕਰਨਾ ਕਿ ਮੇਰਾ ਇੱਕ ਗੀਤ ਆਇਆ ਸੀ ਜ਼ਮਾਨਾ 2013 ਦੇ ਵਿੱਚ ਉਹ ਕੈਸੇਟ ਰਿਲੀਜ਼ ਹੋਈ ਸੀ ਦਿਲ ਦੀ ਦੀਵਾਨਗੀ ਉਸ ਕੈਸੇਟ ਦੇ ਵਿੱਚੋਂ ਜਦੋਂ ਇਹ ਗੀਤ ਚੱਲਿਆ ਨਹੀਂ ਹੈਗਾ ਇੰਨਾ ਜ਼ਿਆਦਾ ਨਹੀਂ ਚੱਲਿਆ ਠੀਕ ਠੀਕ ਸਹਿਮਾ ਚੱਲ ਰਿਹਾ ਸੀਗਾ ਅਤੇ ਹੁਣ ਜਦੋਂ ਲੋਕਡਾਊਨ ਆਇਆ ਉਸ ਗਾਣੇ ਦੇ ਵਰਡਿੰਗ ਹੈਗੀ ਹੈ ਬਾਲ ਭੱਜ ਦੀ ਲਿਖੀ ਹੋਈ ਕਿ
ਅੱਜ ਸੱਜਣਾ ਵੇ ਮਿਲਿਆ ਨੂੰ ਹੋ ਗਿਆ ਜ਼ਮਾਨਾ। ਬਹੁਤ ਅੱਛਾ ਗੀਤ। ਥੋੜ੍ਹੀ ਦੇਰ ਜਦੋਂ ਲੋਕ ਨਾ ਆਪਣੇ ਅੰਦਰੀ ਦਰਵਾਜ਼ੇ ਲਾ ਕੇ ਬੈਠ ਗਏ, ਕੁੰਡੀਆਂ ਬੰਦ ਕਰਕੇ ਬੈਠ ਗਏ, ਅਤੇ ਉਹਨਾਂ ਨੇ ਉਹ ਗੀਤ ਚੁੱਕ ਲਿਆ, ਅਤੇ ਇਸ ਵੇਲੇ ਉਸ ਗੀਤ ਦੀ 7-8 ਲੱਖ ਰੀਲ ਬਣੀ ਹੋਈ ਹੈ। ਬਿਲਕੁਲ ਬਿਲਕੁਲ, ਬਹੁਤ ਖੂਬਸੂਰਤ ਗੀਤ ਹੈ, ਉਹ ਸੁਣਨਾ ਚਾਹਾਂਗੇ। ਹਾਂਜੀ। ਪੈਣ ਕਾਲ ਜੇ ਚਹੌਲ ਆਇਆ ਅੱਖੀਆਂ ਚ ਪਾਣੀ, ਕੱਲੇ ਬੈਠਿਆਂ ਨੂੰ ਆਈ ਜਦੋਂ ਯਾਦ ਉਹ ਪੁਰਾਣੀ, ਮੈਨੂੰ ਮਿਲਣੇ ਦਾ ਨਿੱਤ ਤੇਰਾ ਨਵਾਂ ਸੀ ਬਹਾਨਾ, ਅੱਜ ਸੱਜਣਾ ਵੇ ਮਿਲਿਆ ਨੂੰ ਹੋ ਗਿਆ ਜ਼ਮਾਨਾ। ਬਹੁਤ ਅੱਜ ਸੱਜਣਾ ਵੇ ਮਿਲਿਆ ਨੂੰ ਹੋ ਗਿਆ ਜ਼ਮਾਨਾ। ਕੋਈ ਐਸਾ ਗੀਤ ਜਿਹਨੂੰ ਗਾ ਕੇ ਲੱਗਿਆ ਹੋਵੇ ਕਿ ਬਸ ਫਿਰੋਜ਼ ਖਾਨ ਤੂੰ ਰੱਜ ਗਿਆ, ਤੈਨੂੰ ਸਭ ਕੁਛ ਮਿਲ ਗਿਆ? ਨਹੀਂ, ਬੜੇ ਬੜੇ ਅੱਛੇ ਗੀਤ ਜਿਹੜੇ ਮੈਨੂੰ ਬਹੁਤ ਪ੍ਰਾਊਡ ਹੈ ਕਿ ਮੈਂ ਇਹੀ ਰੱਖਿਆ ਆਪਣੀ ਜ਼ਿੰਦਗੀ ਦੇ ਵਿੱਚ ਕਿ ਮੈਂ ਅੱਛਾ ਗਾਉਣਾ। ਕਿਤੇ ਨਾ ਕਿਤੇ ਮੇਰੇ ਤੋਂ ਛੋਟੀ ਮੋਟੀ ਕੋਈ ਮਿਸਟੇਕ ਵੀ ਹੋਈਆਂ ਨੇ, ਮੈਂ ਉਹਨਾਂ ਨੂੰ ਵੀ ਇਹ ਨਹੀਂ ਕਰਦਾ, ਇਗਨੋਰ ਨਹੀਂ ਕਰਦਾ, ਹੋਈਆਂ ਨੇ ਮੇਰੇ ਤੋਂ, ਅਤੇ ਬਟ ਮੈਂ ਜ਼ਿਆਦਾ ਅੱਛੇ ਵੱਲ ਨੂੰ ਹੀ ਚੱਲਿਆ। ਜਿਹੜਾ ਮੇਰੀ ਰੂਹ ਨੂੰ ਸਕੂਨ ਦਿੰਦਾ ਹੈਗਾ ਉਹ ਚੱਲਦਾ ਹੈ ਜਾਂ ਨਹੀਂ ਚੱਲਦਾ, ਘੱਟ ਚੱਲਦਾ ਹੈ ਜਾਂ ਜ਼ਿਆਦਾ ਚੱਲਦਾ ਹੈ। ਮੈਂ ਇਹ ਦੇਖਦਾ ਹੁੰਦਾ ਕਿ ਜਿਹੜਾ ਮੇਰਾ 4 ਸਾਲਾਂ ਦੇ ਵਿੱਚ ਜਾਂ 8 ਸਾਲਾਂ ਦੇ ਵਿੱਚ 3 ਕਰੋੜ ਗੀਤ ਚੱਲੇ ਹੈ ਜੀ, ਉਹ ਮੇਰਾ ਔਰਗੈਨਿਕ ਹੈ ਜੀ। ਮੈਂ ਕਦੇ ਵੀ ਇਹ ਨਹੀਂ ਕੀਤਾ ਹੈਗਾ ਕਿ ਵੀ ਯਾਰ ਲਾ ਦੇ ਐਡ ਇਹਦੇ 'ਤੇ ਅਤੇ ਇਹ ਮੇਰਾ ਕੱਲ੍ਹ ਨੂੰ 20 ਮਿਲੀਅਨ ਹੋਣਾ ਚਾਹੀਦਾ। ਸਵੇਰ ਨੂੰ ਚੱਲਿਆ ਤਾਂ ਸ਼ਾਮ ਨੂੰ ਕਿੱਥੇ ਪਹੁੰਚਿਆ ਹੈ ਨਾ, ਕਿਹੜੇ ਏਡੇ ਪੰਜਾਬ ਦੇ ਵੇਲੇ ਆ ਜਿਹੜੇ ਸਾਰੇ ਇੱਕ ਦਿਨ 'ਚ ਗਾਣਾ ਸੁਣ ਗਏ, ਇੱਕ ਦਿਨ 'ਚ ਹੀ ਇੰਨਾ ਗਾਣਾ ਸੁਣ ਗਏ, ਨਹੀਂ ਹੋ ਸਕਦਾ ਜੀ। ਬਟ ਕੁਦਰਤੀ ਇਹ ਹੈ ਕਿ ਵੀ ਮੈਂ ਜੋ ਵੀ ਗਾਇਆ ਉਹ ਅੱਛਾ ਗਾਇਆ ਔਰ ਮੈਨੂੰ ਮੇਰੇ ਸਾਰੇ ਗਾਣੇ ਮੈਨੂੰ ਸਕੂਨ ਦਿੰਦੇ। ਇਹ ਸੰਗਤ ਜਿਹੜੀ ਹੈ ਤੁਹਾਡੀ, ਸੰਗਤ ਬੜੀ ਅੱਛੀ ਰਹੀ ਹੈ ਜੀ, ਜਨਾਬ ਸ਼ੌਕਤ ਅਲੀ ਮਤੋਈ ਸਾਹਿਬ ਔਰ ਜਨਾਬ ਸਰਦੂਲ ਸਿਕੰਦਰ ਜੀ, ਸਰਦੂਲ ਸਿਕੰਦਰ ਜੀ, ਔਰ ਇਹ ਸੰਗਤ ਜਿਹੜੀ ਹੈ, ਸੰਗਤ ਦਾ ਵੀ ਰੰਗ ਜਿਹੜਾ ਬੰਦੇ ਦੇ ਉੱਪਰ ਚੜ੍ਹਦਾ ਹੈ। ਔਰ ਜਨਾਬ ਸ਼ੌਕਤ ਅਲੀ ਮਤੋਈ ਸਾਹਿਬ ਜਦੋਂ ਇਸ ਫਾਨੀ ਜਹਾਂ ਤੋਂ ਰੁਖਸਤ ਹੁੰਦੇ ਨੇ, ਉਸ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਨਾਲ ਵੀ ਇੱਕ ਜੁਗਲਬੰਦੀ ਗਾਈ ਸੀ। ਔਰ ਤੈਨੂੰ ਜਾਣਦੀ ਪਈ ਹੈ, ਸਾਨੂੰ ਜਾਣਦੀ ਪਈ, ਦੇਖੋ ਕੈਸੀ ਗੱਲ ਹੈ, ਔਰ ਪਤਾ ਨਹੀਂ ਸੀ ਕਿ ਉਹਨਾਂ ਨੂੰ ਜਾਣਦੀ ਪਈ ਹੈ, ਹਾਏ ਹਾਏ, ਅਤੇ ਉਹ 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 ਵੀ ਗੀਤ ਦੀਆਂ ਲਾਈਨਾਂ ਹੋ ਜਾਣ। ਤੈਨੂੰ ਜਾਣਦੀ ਪਈ ਏ, ਸਾਨੂੰ ਜਾਣਦੀ ਪਈ ਏ, ਤੈਨੂੰ ਜਾਣਦੀ ਪਈ ਏ, ਸਾਨੂੰ ਜਾਣਦੀ ਪਈ ਏ, ਤੇਰੀ ਜਾਣ ਜਾਣ ਨੇ ਤਾਂ, ਜਾਣ ਜਾਣ ਨੇ ਤਾਂ ਸਾਡੀ ਜਾਨ ਕੱਢ ਲਈ ਏ, ਤੈਨੂੰ ਜਾਣਦੀ ਪਈ ਏ, ਸਾਨੂੰ ਜਾਣਦੀ ਪਈ ਏ। ਗੁਰੂ ਜੀ ਸ਼ੌਕਤ ਸਾਹਿਬ ਕੋਲ ਆ ਗਿਆ, ਉਹਨਾਂ ਕੋਲ ਵੀ ਕਿੰਨੀ ਦੇਰ ਪਿਆ ਰਿਹਾ, ਫਿਰ ਅਸੀਂ ਸਟੇਜਾਂ ਤੇ ਗੁਰੂ ਚੇਲਾ ਦੋਨੋਂ ਜਾਣੇ ਗਾਉਂਦੇ ਰਹੇ, ਬੇਟਾ ਆ ਜਾ ਗੀਤ ਗਾਈਏ। ਸੋ ਇੱਕ ਦਿਨ ਗੁਰੂ ਜੀ ਕਿਤੇ ਥੋੜਾ ਜਿਆਦਾ ਬਿਮਾਰ ਹੋ ਗਏ, ਮੈਨੂੰ ਕਹਿੰਦੇ ਯਾਰ ਪੁੱਤਰ ਮੈਂ ਕਵਾਲੀਆਂ ਕਰਦਾ, ਠੀਕ ਹੈ, ਮੈਨੂੰ ਉੱਦਾਂ ਵੀ ਗਾਣਾ ਆਉਂਦਾ। ਮੈਂ ਕਿਹਾ ਗੁਰੂ ਜੀ ਤੁਹਾਡੇ ਵਰਗਾ ਕੌਣ ਗਾ ਸਕਦਾ? ਜਿਸ ਬੰਦੇ ਨੂੰ ਪੰਜਾਬ ਦੇ ਮਾਲਕ ਜਿਹੜੇ ਵੱਡੇ ਸਟਾਰ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ, ਜਨਾਬ ਹੰਸਰਾਜ ਜੀ, ਜਨਾਬ ਸਰਦੂਲ ਸਿਕੰਦਰ ਜੀ, ਜਾਂ ਘਰਾਣੇ ਦੇ ਲੋਕ ਘਰ 'ਚ ਬੁਲਾ ਕੇ ਬੈਠ ਕੇ ਸੁਣਦੇ ਨੇ, ਉਹਨਾਂ ਤੋਂ ਵੱਡਾ ਤੂਫਾਨ ਕੌਣ ਹੋ ਸਕਦਾ? ਬਿਲਕੁਲ ਬਿਲਕੁਲ, ਵੀ ਮੈਨੂੰ ਹੁਕਮ ਕਰੋ ਪੁੱਤਰ ਮੈਂ ਤੇਰੇ ਨਾਲ ਅੱਗੇ ਗਾਣਾ ਗਾਣਾ। ਮੈਂ ਕਿਹਾ ਮੇਰੇ ਧੰਨ ਭਾਗ ਹੈ ਜੀ, ਮੈਂ ਉਸੇ ਵੇਲੇ ਗਾਣਾ ਰਿਕਾਰਡ ਕੀਤਾ, ਉਹਦੀ ਵੀਡੀਓ ਬਣਾਈ। ਸੋ ਪਲੈਨਿੰਗ ਤਾਂ ਹੋਰ ਬਹੁਤ ਬੜੀਆਂ ਸਾਰੀਆਂ ਸੀਗੀਆਂ, ਮੈਂ ਇੱਕ ਦੋ ਉਹਨਾਂ ਨਾਲ ਕਵਾਲੀਆਂ ਗਾਣੀਆਂ ਸੀ, ਉਹਨਾਂ ਦੀ ਇੱਕ ਦਿਲ ਦੇ ਵਿੱਚ ਇੱਛਾ ਸੀ ਕਿ ਮੇਰੇ ਨਾਲ, ਉਹ ਰੇਸ਼ਮਾ ਜੀ ਦੇ ਬੜੇ ਫੈਨ ਸੀਗੇ। ਅੱਛਾ। ਉਹ ਚਾਹੁੰਦੇ ਸੀਗੇ ਕਿ ਰੇਸ਼ਮਾ ਜੀ ਦੇ ਗੀਤ ਜਿਹੜੇ ਹੈਗੇ ਹੈ ਉਹ ਫਿਰੋਜ਼ ਔਰ ਮੈਂ ਅਸੀਂ ਦੋਨੋਂ ਜਾਣੇ ਇਕੱਠੇ ਗਾਈਏ, ਅਤੇ ਅਸੀਂ ਰਿਕਾਰਡ ਵੀ ਕੀਤੇ ਆ। ਅਮਦਾਦ ਅਲੀ ਮੁੰਡਾ ਮਿਊਜ਼ਿਕ ਡਾਇਰੈਕਟਰ ਹੈ, ਉਹਨਾਂ ਦੇ ਸਟੂਡੀਓ ਦੇ ਵਿੱਚ ਪਿਆ ਸਾਡਾ ਉਹ ਸਮਾਨ, ਅਤੇ ਮੈਂ ਡਬਿੰਗ ਕਰ ਲਈ, ਉਹਨਾਂ ਦੀ ਡਬਿੰਗ ਰਹਿ ਗਈ, ਕੁਦਰਤ ਨੂੰ ਜੋ ਮਨਜ਼ੂਰ। ਬਸ
ਜੀ ਤੇ ਜਿਹੜੀਆਂ ਇਹ ਬਹੁਤ ਵੱਡਾ ਇੱਕ ਜ਼ਿੰਦਗੀ ਨੂੰ ਧੱਕਾ ਦੇਣ ਵਾਲੀ ਇਹ ਗੱਲ ਹੁੰਦੀ ਹੈ ਕਿ ਆਪਣਾ ਬਹੁਤ ਵੱਡਾ ਧੱਕਾ ਲੱਗਿਆ, ਬਹੁਤ ਵੱਡਾ ਇੰਡਸਟਰੀ ਨੂੰ ਧੱਕਾ ਲੱਗਿਆ। ਇਹ ਜਿਹੜੇ ਸਾਡੇ ਦੋ ਲੈਜੈਂਡ ਸਾਡੇ ਤੋਂ ਮਤਲਬ ਇੱਕਦਮ ਹੀ ਚਲੇ ਗਏ, ਉਹ ਪਤਾ ਵੀ ਨਹੀਂ ਲੱਗਿਆ ਸਾਨੂੰ ਕਿ ਵੀ ਇੱਦਾਂ ਹੋ ਵੀ ਜਾਊਗਾ, ਅਸੀਂ ਸੋਚਿਆ ਵੀ ਨਹੀਂ ਸੀਗਾ। ਰਮਰੀਕ ਬਹੁਤ ਸਾਰੇ ਦਿਲਾਂ ਦੀ ਧੜਕਣ ਨੇ ਫਿਰੋਜ਼ ਖਾਨ, ਔਰ ਤੁਸੀਂ ਬਹੁਤ ਸਾਰੇ ਲੋਕਾਂ ਦਾ ਪਿਆਰ ਕਬੂਲਿਆ, ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾ ਹੈ। ਤੁਹਾਡੇ ਜ਼ਿਹਨ ਦੇ ਵਿੱਚ, ਤੁਹਾਡੇ ਆਪਣੇ ਦਿਲ ਦੇ ਵਿੱਚ ਕਿਹੜਾ ਕਲਾਕਾਰ ਆ ਕਿ ਜਿਹਨੂੰ ਫਿਰੋਜ਼ ਖਾਨ ਸੁਣਦਾ? ਮੈਂ ਇਹਨਾਂ ਦੋਨਾਂ ਨੂੰ ਬਹੁਤ ਜ਼ਿਆਦਾ ਸੁਣਿਆ ਜੀ, ਮੇਰੇ ਮੈਂ ਗੁਰੂ ਵੀ ਕਹੂੰਗਾ ਇਹਨਾਂ ਨੂੰ, ਮੇਰੇ ਵੱਡੇ ਵੀ ਨੇ, ਮੇਰੇ ਭਰਾ ਵੀ ਸੀਗੇ, ਅਤੇ ਮੈਨੂੰ ਇਹਨਾਂ ਨੇ ਬਹੁਤ ਪਿਆਰ ਕੀਤਾ। ਸਰਦੂਲ ਜੀ ਦਾ ਕੋਈ ਐਸਾ ਗੀਤ ਹੈ ਜਿਹੜਾ ਤੁਹਾਨੂੰ ਲੱਗਦਾ ਹੋਵੇ ਯਾਰ ਸਰਦੂਲ ਜੀ ਦੇ ਹਿੱਸੇ ਆ ਗਏ, ਮੇਰੇ ਹਿੱਸੇ ਆਉਣਾ ਚਾਹੀਦਾ ਸੀ ਕਿਤੇ? ਨਹੀਂ, ਉਹਨਾਂ ਦੇ ਸਾਰੇ ਗੀਤ ਹੀ ਮੇਰਾ ਦਿਲ ਕਰਦਾ। ਮੈਂ ਗਾਇਆ ਖਾਸ ਕਿਹੜਾ ਦਿਲ 'ਤੇ? ਦੇਖੋ, ਜਦੋਂ ਮੈਂ ਰਿਆਜ਼ ਕਰਨਾ ਸ਼ੁਰੂ ਕੀਤਾ ਤਾਂ ਮੈਂ ਰਿਆਜ਼ ਹੀ ਉਹਨਾਂ ਦੇ ਸਰਦੂਲ ਭਾਅ ਜੀ ਦੇ ਗੀਤ ਤੋਂ ਸ਼ੁਰੂ ਕੀਤਾ ਸੀਗਾ। ਈਦ ਫਿਤਰ ਦਾ ਦਿਨ ਚੜਿਆ, ਪਏ ਲੋਕ ਮਨਾਉਂਦੇ ਈਦਾਂ ਤੇ ਰਲ ਵਸਲ ਦੀਆਂ, ਕਈਆਂ ਉਜੜ ਗਿਆਂ ਦੀਆਂ ਈਦਾਂ। ਬਹੁਤ ਅੱਛਾ। ਫੁੱਲਾਂ ਦੀ ਇਹ ਕੱਚੀ ਏ ਵਪਾਰ ਨੇ, ਕੰਡਿਆਂ ਦੇ ਪਹੁੰਚ ਸਾਨੂੰ ਤੋਲਣਾ। ਫੁੱਲਾਂ ਦੀ ਇਹ ਕੱਚੀ ਏ ਵਪਾਰ ਨੇ, ਕੰਡਿਆਂ ਦੇ ਪਹੁੰਚ ਸਾਨੂੰ ਤੋਲਣਾ। ਅੱਲੇ ਫੱਟ ਰਹਿਣ ਦੇ ਬਿਲਕਦੇ, ਅੱਲੇ ਫੱਟ ਰਹਿਣ ਦੇ ਬਿਲਕਦੇ, ਝੂਠੇ ਵਾਦੇ ਮਲਮਾਂ ਚ ਘੋਲਣਾ। ਫੁੱਲਾਂ ਦੀ ਇਹ ਕੱਚੀ ਏ ਵਪਾਰ ਨੇ, ਕੰਡਿਆਂ ਦੇ ਪਾਚ ਸਾਨੂੰ ਤੋਲਣਾ। ਕਿਆ ਬਾਤ ਹੈ, ਕਿਆ ਬਾਤ ਹੈ ਜੀ! ਕਿਹੜਾ ਗੀਤ ਹੈ ਜਿਹੜਾ ਤੁਸੀਂ ਕਹੋਗੇ ਕਿ ਉਹਨਾਂ ਦਾ ਅੱਛਾ ਨਹੀਂ? ਸੱਚੀ ਬਹੁਤ, ਜਿੰਨਾ ਵੀ ਗਾਇਆ ਬਹੁਤ ਖੂਬਸੂਰਤ ਗਾਇਆ, ਔਰ ਇਹ ਸੰਗਤ ਦਾ ਹੀ ਅਸਰ ਹੈ ਕਿ ਫਿਰੋਜ਼ ਖਾਨ ਹੋਣਾ ਨੇ ਵੀ ਜਿੰਨਾ ਵੀ ਗਾਇਆ ਚੰਗਾ ਗਾਇਆ। ਔਰ ਮੈਂ ਉਹਨਾਂ ਦਾ ਇੰਨਾ ਕੁ ਵੱਡਾ ਫੈਨ ਹਾਂ, ਔਰ ਮੈਂ ਤਾ ਜ਼ਿੰਦਗੀ ਰਵਾਂਗਾ, ਔਰ ਮੈਂ ਇਹ ਤਹੀਆ ਕੀਤਾ ਹੋਇਆ ਕਿ ਜਿੱਥੇ ਕਿਤੇ ਵੀ ਖੜਾ ਹੋ ਕੇ ਗਾਊਂਗਾ, ਉਹਨਾਂ ਨੂੰ ਜ਼ਰੂਰ ਯਾਦ ਕਰੂੰਗਾ, ਉਹਨਾਂ ਦੇ ਗੀਤ ਲੋਕਾਂ 'ਚ ਜ਼ਰੂਰ ਸੁਣਾਊਂਗਾ ਜੀ। ਅਤੇ ਆਉਣ ਵਾਲਾ ਸਮਾਂ, ਕਿਉਂਕਿ ਇਹ ਅਸੀਂ ਹੁਣ ਦੇਖਦੇ ਹਾਂ ਕਿ ਹੁਣ ਹਨੇਰੀ ਬਹੁਤ ਵਗ ਚੁੱਕੀ ਹੈ, ਆਉਣ ਵਾਲਾ ਸਮਾਂ ਬਾਰਿਸ਼ ਦੀਆਂ ਟਿਪ ਟਿਪ ਵਗਦੀਆਂ ਬੂੰਦਾਂ ਜਿਹੜੀਆਂ ਆ, ਉਹ ਫਿਰੋਜ਼ ਖਾਨ ਕੀ ਲੈ ਕੇ ਆਵੇਗਾ ਸਾਡੇ? ਬਿਲਕੁਲ, ਬਹੁਤ ਪਿਆਰੇ ਪਿਆਰੇ ਗੀਤ ਰਿਕਾਰਡ ਹੋਏ ਪਏ ਨੇਗੇ, ਬਹੁਤ ਅੱਛੇ ਅੱਛੇ ਗਾਣੇ, ਔਰ ਇੱਕ ਹੌਟ ਸਟਾਰਟ ਜਿਹੜੀ ਹੈਗੀ ਹੈ ਕੰਪਨੀ, ਰਮਨ ਭਾਅ ਜੀ ਵੱਲੋਂ ਇੱਕ ਬਹੁਤ ਹੀ ਪਿਆਰਾ ਗੀਤ ਜਿਹੜਾ ਕਿ ਮੁੰਡੇ ਦਾ ਨਾਂ ਹੈ ਗੋਲਡ ਸਟਾਰ, ਗੋਲਡ, ਹਾਂ ਗੋਲਡ ਬੋਏ, ਗੋਲਡ ਸਟਾਰ ਹੀ ਆ ਉਹ। ਸੋ ਉਹਨਾਂ ਦਾ ਮਿਊਜ਼ਿਕ ਕੀਤਾ ਹੋਇਆ, ਗਾਣਾ ਬਹੁਤ ਅੱਛਾ, ਯੰਗ ਵੀਰ ਦਾ ਲਿਖਿਆ ਹੋਇਆ, ਉਹਦਾ ਇੱਕ ਅੰਤਰਸਥਾਈ ਹੈ ਜੀ ਜ਼ਰੂਰ, ਬਟ ਮੈਂ ਸੁਣਾਊਂਗਾ ਨਹੀਂ ਤੁਹਾਨੂੰ, ਫਿਰ ਤਾਂ ਕਿਸੇ ਨਾ ਕਿਸੇ ਗਾਣੇ ਦਾ ਤਾਂ ਸੁਣਾਉਣਾ ਪੈਣਾ। ਮੇਰਾ ਗੀਤ ਜਿਹੜਾ ਪਸੰਦੀਦਾ ਕਿ ਉਦੋਂ ਮਾਵਾਂ ਚੇਤੇ ਆਉਂਦੀਆਂ ਨੇ, ਅਤੇ ਉਹ ਜ਼ਰੂਰ ਮੈਂ ਸੁਣਨਾ ਚਾਹਾਂਗਾ, ਕਿਉਂਕਿ ਅੱਜ ਇਹ ਸੁਰਾਂ ਦੀ ਮਹਿਫਲ ਜਿਹੜੀ ਸਾਨੂੰ ਦਿਲ ਨਹੀਂ ਕਰਦਾ ਕਿ ਅਸੀਂ ਰੋਕੀਏ, ਅਸੀਂ ਤਾਂ ਚਾਹੁੰਦੇ ਕਿ ਤਾ ਉਮਰ ਇਸੇ ਤਰ੍ਹਾਂ ਹੀ ਇਸ ਖੂਬਸੂਰਤ ਸੁਰਾਂ ਦੀ ਮਹਿਫਲ ਦੇ ਵਿੱਚ ਬੈਠੇ ਰਹੀਏ, ਪਰ ਸਮਾਂ ਜ਼ਾਲਮ ਜਿਹੜਾ ਹੈ ਉਹ ਸਾਨੂੰ ਵਾਰ ਵਾਰ ਫੜ ਕੇ ਕਹਿੰਦਾ ਹੈ ਕਿ ਨਹੀਂ ਭਾਈ ਹੁਣ ਇੱਥੇ ਰੁਕਣਾ ਪਏਗਾ। ਫਿਰੋਜ਼ ਜੀ, ਤੁਸੀਂ ਸਾਡੇ ਨਾਲ ਜੁੜੇ ਹੋ, ਬਹੁਤ ਬੇਸ਼ਕੀਮਤੀ ਸਮਾਂ ਅਸੀਂ ਤੁਹਾਡਾ ਲਿਆ, ਮੈਂ ਵਾਰ ਵਾਰ ਸਾਥ 'ਚ ਬੈਠਣਾ ਚਾਹਾਂਗਾ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਅਸੀਂ ਵੀ ਇੰਤਜ਼ਾਰ ਕਰਾਂਗੇ ਜਾਂਦੇ ਜਾਂਦੇ ਮੇਰੇ ਲਈ ਉਹ ਇੱਕ ਗੀਤ ਔਰ ਸਾਡੇ ਦਰਸ਼ਕਾਂ ਦੇ ਵਾਸਤੇ ਵੀ। ਜਦ ਬੱਚਿਆਂ ਦੇ ਹੱਥਾਂ ਚੋਂ ਰੋਟੀ ਕਾ ਖੋਵਣ, ਮਮਤਾ ਵਾਲੇ ਬੂਹੇ ਮਾਸੀਆਂ ਚਾਚੀਆਂ ਜਦ ਢੋਵਣ, ਓਏ ਜਦੋਂ ਪਿਆਰ ਦੀ ਥਾਂ ਮਤਰੀਆਂ ਗਾਲਾਂ ਵਾਉਂਦੀਆਂ ਨੇ, ਉਦੋਂ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ। ਬਹੁਤ ਅੱਛਾ। ਉਦੋਂ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ। ਬਹੁਤ ਖੂਬਸੂਰਤ, ਪਰਮਾਤਮਾ ਕਰੇ ਇਹ ਸੁਰ ਹਮੇਸ਼ਾ ਹੀ ਜ਼ਿੰਦਾਬਾਦ ਆਬਾਦ ਔਰ ਇਸੇ ਤਰ੍ਹਾਂ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਗੂੰਜਦਾ ਰਹੇ। ਫਿਰੋਜ਼ ਖਾਨ ਜੀ, ਸਾਡੀ ਪੰਜਾਬੀ ਸੱਥ ਦੇ ਵਿੱਚ ਰੌਣਕ ਲਾਉਣ ਦੇ ਲਈ ਤੁਹਾਡਾ ਬਹੁਤ ਥੈਂਕ ਯੂ। ਥੈਂਕ ਯੂ ਸੋ ਮਚ ਰਮਨ ਜੀ, ਥੈਂਕ ਯੂ ਯੋਗੀ ਸਾਹਿਬ।
बहुत अच्छा लग्या तुसी आयो, मैं अगेन 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 दिल दी गहराइयां चो तुहाडा धन्नवाद करदा। बहुत बहुत शुक्रिया जी। देखो दिल तां नहीं करदा कि इस सुरां दी महफल इत्थे ही थम जावे, असीं तां चाहुंदे सी कि इह हमेशा इसे तरह ता उमर बैठे रहिए, दिन चढ़न रातां बन, रातां मुड़ के दिन बन, इसे तरह इस सुरां दी महफल चलदी रहे। पर समां जिहड़ा बड़ा जालम है, इस वेले सानूं बाहों फड़ के कहिंदा है कि हुण पंजाबी सत दी रौनक नूं इत्थे ही सानूं समेटना पवेगा। बिल्कुल जी। और इस प्रोग्राम नूं खत्म करन दी मैनूं रमनीक नूं ते मैनूं चरणजीत जोगी नूं दिओ इजाजत। इसे तरह ही तुसीं देखदे रहना पंजाबी नैशनल टीवी। उम्मीद तुहाडी, कोशिश साडी।